ਪਹਿਲਾਂ ਪਹਿਲਾਂ ਕੀ ਹੁੰਦਾ ਸੀਗਾ, ਜਿਹੜੇ ਸਾਡੇ ਬਜ਼ੁਰਗ ਸੀ ਨਾ, ਉਹਨਾਂ ਨੇ ਕੀ ਕਰਨਾ, ਦੇਗ ਵਾਲਾ ਘਿਓ ਲਾ ਲੈਣਾ ਦਾੜੀ ਨੂੰ, ਐਂਡ ਉਹੀ ਉਹਨਾਂ ਦੀ ਆਲ ਇਨ ਵਨ ਨਰਿਸ਼ਮੈਂਟ ਸੀਗੀ ਬੀਅਰਡ ਲਈ, ਆਲ ਇਨ ਵਨ ਗਰੂਮਿੰਗ ਜਾਂ ਕੁਛ ਵੀ ਕਹਿ ਲਓ, ਉਹੀ ਸੀਗਾ ਉਹਨਾਂ ਦੀ ਬੀਅਰਡ ਲਈ, ਐਂਡ ਉਹਨਾਂ ਦੀ ਬੀਅਰਡਸ ਮੈਂ ਕਹਿੰਦਾ ਲਾਜਵਾਬ। ਬਟ ਅੱਜ ਕੱਲ੍ਹ ਤਾਂ ਹਜ਼ਾਰਾਂ ਪ੍ਰੋਡਕਟਸ ਅਵੇਲੇਬਲ ਨੇ ਮਾਰਕੀਟ 'ਚ, ਐਂਡ ਉਹਨਾਂ 'ਚੋਂ ਹੀ ਇੱਕ ਸ਼ੈ ਆ ਬੀਅਰਡ ਸੋਫਨਰ, ਜਿਹਦਾ ਕੰਮ ਆ ਤੁਹਾਡੀ ਬੀਅਰਡ ਨੂੰ ਸੋਫਟ ਬਣਾਉਣਾ, ਆਈ ਮੀਨ ਓਬਵੀਅਸਲੀ। ਬਟ ਡੂ ਯੂ ਰੀਲੀ ਨੀਡ ਇਟ, ਐਂਡ ਕਿੰਨਾ ਕੁ ਕੰਮ ਕਰਦਾ ਹੈ ਇਹ, ਵੀ ਵਿਲ ਫਾਈਂਡ ਆਊਟ ਇਨ ਦਿਸ ਵੀਡੀਓ। ਬਟ ਬਿਫੋਰ ਦੈਟ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਦਿਸ ਇਜ਼ ਬਲਵਿੰਦਰ ਸਿੰਘ ਹੇਅਰ ਬੈਕ ਵਿਦ ਯੈਟ ਅਨਦਰ ਵੀਡੀਓ। ਸੀ ਅਗਰ ਤਾਂ ਤੁਹਾਡੀ ਬੀਅਰਡ ਰਫ ਆ, ਉਹਨੂੰ ਸੋਫਟ ਕਰਨ ਦੀ ਲੋੜ ਆ, ਕਿਉਂਕਿ ਰਫ ਬੀਅਰਡ ਕਾਫੀ ਇੱਚੀ ਵੀ ਹੁੰਦੀ ਆ, ਐਂਡ ਉਹ ਵੇਖਣ ਨੂੰ ਵੀ ਵਧੀਆ ਨਹੀਂ ਲੱਗਦੀ, ਐਂਡ ਬੀਅਰਡ ਨੂੰ ਸੋ ਉਹਨੂੰ ਸੋਫਟ ਕਰਨਾ ਜ਼ਰੂਰੀ ਆ। ਸੋ ਉਹਨੂੰ ਸੋਫਟ ਕਰਨ ਲਈ ਤੁਸੀਂ ਕੀ ਕਰਦੇ ਹੋ, ਸਭ ਤੋਂ ਪਹਿਲਾਂ ਆਪਣੀ ਬੀਅਰਡ ਵਾਸ਼ ਕਰਦੇ ਹੋ, ਐਂਡ ਉਹਦੇ ਬਾਅਦ ਲਗਾਉਂਦੇ ਹੋ ਬੀਅਰਡ ਆਇਲ। ਵੈਲ, ਕਾਫੀ ਹੱਦ ਤੱਕ ਬੀਅਰਡ ਆਇਲ ਹੀ ਆਪਣਾ ਕੰਮ ਕਰ ਦਿੰਦਾ ਆ, ਉਹੀ ਤੁਹਾਡੀ ਬੀਅਰਡ ਨੂੰ ਸੋਫਟ ਬਣਾ ਦਿੰਦਾ ਆ, ਐਂਡ ਤੁਹਾਨੂੰ ਕਿਸੇ ਹੋਰ ਪ੍ਰੋਡਕਟ 'ਤੇ ਜਾਣ ਦੀ ਲੋੜ ਨਹੀਂ ਪੈਂਦੀ। ਬਟ ਅਗਰ ਤੁਹਾਡੀ ਬੀਅਰਡ ਬਹੁਤ ਜ਼ਿਆਦਾ, ਆਈ ਮੀਨ ਨੈਕਸਟ ਲੈਵਲ ਦੀ ਰਫ ਆ, ਬਹੁਤ ਮਾੜੀ ਹਾਲਤ ਕੀਤੀ ਹੋਈ ਹੈ ਤੁਸੀਂ ਬੀਅਰਡ ਦੀ, ਤਾਂ ਯੂ ਨੀਡ ਸਮਥਿੰਗ ਐਕਸਟਰਾ, ਐਂਡ ਦੈਟ ਐਕਸਟਰਾ ਇਜ਼ ਬੀਅਰਡ ਸੋਫਨਰ। ਨਾਉ, ਕੀ ਬੀਅਰਡ ਸੋਫਨਰ ਬੀਅਰਡ ਆਇਲ ਨਾਲੋਂ ਵਧੀਆ ਕੰਮ ਕਰਦਾ ਆ? ਡੈਫੀਨੇਟਲੀ ਕਰਦਾ ਆ, ਤੁਹਾਡੀ ਬੀਅਰਡ ਨੂੰ ਬਹੁਤ ਜ਼ਿਆਦਾ ਸੋਫਟ ਕਰ ਦਿੰਦਾ ਹੈ ਐਜ਼ ਕੰਪੇਅਰ ਟੂ ਬੀਅਰਡ ਆਇਲ, ਬਟ ਸਿਰਫ ਸੋਫਟ ਕਰਦਾ ਆ, ਵੇਅਰ ਐਜ਼ ਬੀਅਰਡ ਆਇਲ ਇਜ਼ ਅ ਕੰਪਲੀਟ ਨਿਊਟ੍ਰੀਸ਼ਨ ਫੋਰ ਯੋਰ ਬੀਅਰਡ। ਸੋ ਯੈਸ, ਅਗਰ ਤੁਹਾਡੀ ਬੀਅਰਡ ਕੁਛ ਜ਼ਿਆਦਾ ਰਫ ਆ, ਤਾਂ ਤੁਸੀਂ ਬੀਅਰਡ ਸੋਫਨਰ ਯੂਜ਼ ਕਰ ਸਕਦੇ ਹੋ। ਔਰ ਇੱਕ ਗੱਲ ਹੋਰ, ਬੀਅਰਡ ਸੋਫਨਰਸ ਸਿਰਫ ਟੈਂਪਰੇਰੀ ਫਿਕਸ ਆ ਤੁਹਾਡੀ ਰਫ ਬੀਅਰਡ ਦੇ ਲਈ, ਜਦੋਂ ਤੱਕ ਤੁਸੀਂ ਇਹਨੂੰ ਲਗਾਓਗੇ, ਜਦੋਂ ਤੱਕ ਇਹਦਾ ਅਸਰ ਰਹੇਗਾ, ਇਹ ਉਦੋਂ ਤੱਕ ਹੀ ਤੁਹਾਡੀ ਬੀਅਰਡ ਨੂੰ ਸੋਫਟ ਰੱਖੇਗਾ, ਇਹਦਾ ਅਸਰ ਖਤਮ ਤਾਂ ਤੁਹਾਡੀ ਬੀਅਰਡ ਵਾਪਿਸ ਰਫ ਹੋ ਜਾਏਗੀ। ਸੋ ਅਗਰ ਤੁਹਾਨੂੰ ਇੱਕ ਪਰਮਾਨੈਂਟ ਫਿਕਸ ਚਾਹੀਦਾ ਹੈ ਆਪਣੀ ਰਫ ਬੀਅਰਡ ਦੇ ਲਈ, ਤਾਂ ਤੁਹਾਨੂੰ ਇੱਕ ਹੈਲਦੀ ਬੀਅਰਡ ਗਰੂਮਿੰਗ ਰੂਟੀਨ ਫੋਲੋ ਕਰਨੀ ਪਵੇਗੀ ਆਪਣੀ ਬੀਅਰਡ ਲਈ। ਹੁਣ ਗੱਲ ਕਰਦੇ ਹਾਂ ਮੇਰੀ ਰਿਕਮੈਂਡੇਸ਼ਨਸ ਦੀ। ਮੈਂ ਤੁਹਾਨੂੰ ਉਹੀ ਪ੍ਰੋਡਕਟਸ ਰਿਕਮੈਂਡ ਕਰੂੰਗਾ ਜਿਹੜੇ ਮੈਂ ਆਪ ਯੂਜ਼ ਕੀਤੇ ਹੋਏ ਆ, ਮੇ ਬੀ ਇਹਨਾਂ ਪ੍ਰੋਡਕਟਸ ਨਾਲੋਂ ਵਧੀਆ ਵੀ ਕੁਛ ਹੋਵੇ ਮਾਰਕੀਟ 'ਚ, ਬਟ ਸਿੰਸ ਮੈਂ ਯੂਜ਼ ਨਹੀਂ ਕੀਤੇ ਤਾਂ ਮੈਂ ਉਹਨਾਂ ਬਾਰੇ ਤੁਹਾਨੂੰ ਨਹੀਂ ਦੱਸ ਸਕਦਾ। ਸੋ ਲੈਟਸ ਸਟਾਰਟ। ਫਸਟ ਵਨ ਇਜ਼ ਮੈਨ ਡਿਜ਼ਰਵ ਬੀਅਰਡ ਸੋਫਟਨਰ। ਜਿਹੜਾ ਇਹਦਾ ਕੰਮ ਆ ਬੀਅਰਡ ਸੋਫਟ ਕਰਨ ਦਾ, ਉਹ ਤਾਂ ਇਹ ਬਹੁਤ ਹੀ ਵਧੀਆ ਤਰੀਕੇ ਨਾਲ ਕਰਦਾ ਆ। ਬਸ ਇਹਦੀ ਇੱਕੋ ਪ੍ਰੋਬਲਮ ਆ ਕਿ ਲਗਾਉਣ ਦੇ ਬਾਅਦ ਇਹ ਹੱਥਾਂ 'ਚ ਵੀ ਰਹਿ ਜਾਂਦਾ ਹੈ। ਯੂ ਹੈਵ ਟੂ ਵਾਸ਼ ਯੋਰ ਹੈਂਡਸ ਵਿਦ ਸੋਪ ਆਫਟਰ ਅਪਲਾਈਂਗ ਇਟ। ਔਰ ਹਾਂ, ਜਦੋਂ ਲਗਾਉਣ ਦੇ ਬਾਅਦ ਵੀ ਤੁਸੀਂ ਇਹਨੂੰ ਹੱਥ ਲਾਓਗੇ ਆਪਣੀ ਬੀਅਰਡ 'ਤੇ, ਤਾਂ ਇਹ ਤੁਹਾਡੇ ਹੱਥਾਂ ਨੂੰ ਫਿਰ ਦੁਬਾਰਾ ਲੱਗ ਜਾਏਗਾ, ਔਰ ਇਹਦੀ ਸ਼ਾਈਨ ਬਹੁਤ ਹੀ ਜ਼ਿਆਦਾ ਸ਼ਾਈਨ ਕਰਦਾ ਹੈ। ਐਂਡ ਅਗਰ ਤੁਹਾਡੀ ਬੀਅਰਡ ਬਲੈਕ ਆ, ਸਪੋਜ਼ ਮੇਰੀ ਬਲੈਕ ਨਹੀਂ ਆ, ਅਗਰ ਤੁਹਾਡੀ ਬਲੈਕ ਆ ਤਾਂ ਜ਼ਰੂਰ ਟਰਾਈ ਕਰੋ, ਬਹੁਤ ਜ਼ਿਆਦਾ ਅਮੇਜ਼ਿੰਗ ਸ਼ਾਈਨ ਦੇਵੇਗਾ ਤੁਹਾਡੀ ਬੀਅਰਡ ਨੂੰ, ਐਂਡ ਸੋਫਟ ਵੀ ਬਹੁਤ ਵਧੀਆ ਤਰੀਕੇ ਨਾਲ ਕਰਦਾ ਆ। ਨੈਕਸਟ ਇਜ਼ ਦਿਸ ਬੀਅਰਡ ਕਰੀਮ ਫਰੋਮ ਦ ਰੀਅਲ ਮੈਨ। ਅਮੇਜ਼ਿੰਗ, ਬਹੁਤ ਹੀ ਵਧੀਆ ਕੰਮ ਕਰਦੀ ਹੈ। ਐਂਡ ਬਸ ਇੱਕੋ ਪ੍ਰੋਬਲਮ, ਮੈਨੂੰ ਇਹਦੀ ਫਰੈਗਰੈਂਸ ਕੋਈ ਜ਼ਿਆਦਾ ਵਧੀਆ ਨਹੀਂ ਲੱਗੀ। ਸਬਜੈਕਟਿਵ ਚੀਜ਼ ਆ, ਮੇ ਬੀ ਸਿਰਫ ਮੈਨੂੰ ਨਾ ਵਧੀਆ ਲੱਗੀ ਹੋਵੇ, ਯੂ ਕੈਨ ਗਿਵ ਇਟ ਅ ਟ੍ਰਾਈ। ਬਾਕੀ ਜੇ ਦੀ ਐਫੀਸ਼ੀਐਂਸੀ ਦੀ ਗੱਲ ਕਰੀਏ ਤਾਂ ਇਟਸ ਅਮੇਜ਼ਿੰਗ। ਨਾਓ, ਮੇਰੀ ਥਰਡ ਐਂਡ ਫਾਈਨਲ ਰਿਕਮੈਂਡੇਸ਼ਨ ਇਜ਼ ਦਿਸ ਬੀਅਰਡ ਯੋਗਟ, ਇਹ ਮੈਂ ਕਰੰਟਲੀ ਯੂਜ਼ ਕਰ ਰਿਹਾ। ਦਿਸ ਇਜ਼ ਬਾਏ ਬੀਅਰਡੋ, ਐਂਡ ਇਟ ਸੇਜ਼ ਹੇਅਰ ਸੋਫਟ, ਸ਼ਾਈਨੀ ਐਂਡ ਸਮੂਥ। ਵੈਲ, ਸੋਫਟ ਔਰ ਸਮੂਥ ਦੀ ਗੱਲ ਕਰੀਏ ਤਾਂ ਇਹ ਬਹੁਤ ਵਧੀਆ ਤਰੀਕੇ ਨਾਲ ਬੀਅਰਡ ਨੂੰ ਸੋਫਟ ਵੀ ਕਰਦਾ ਹੈ, ਸਮੂਥ ਵੀ ਕਰ ਦਿੰਦਾ ਹੈ, ਬਟ ਸ਼ਾਈਨ ਇਹਦੀ ਨਹੀਂ ਆ। ਜੇ ਤੁਹਾਨੂੰ ਸ਼ਾਈਨ ਚਾਹੀਦੀ ਹੈ ਤਾਂ ਗੋ ਫੋਰ ਮੈਨ ਡਿਜ਼ਰਵ, ਐਂਡ ਬਾਕੀ ਇਹ ਪ੍ਰੋਡਕਟ ਵੀ ਕਾਫੀ ਅੱਛਾ ਆ। ਬਾਕੀ ਦਿਸ ਵਾਜ਼ ਇਟ ਫੋਰ ਟੁਡੇਜ਼ ਵੀਡੀਓ। ਆਈ ਹੋਪ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ, ਅਤੇ ਵਧੀਆ ਲੱਗੀ ਆ ਤਾਂ ਮੇਕ ਸ਼ੋਰ ਟੂ ਗਿਵ ਇਟ ਅ ਲਾਈਕ, ਐਂਡ ਕਮੈਂਟ ਥੱਲੇ ਕੋਈ ਸੁਜੈਸ਼ਨ ਆ ਜਾਂ ਕੋਈ ਕੁਐਸਚਨ ਆ ਤੁਸੀਂ ਕਮੈਂਟ ਕਰ ਸਕਦੇ ਹੋ, ਐਂਡ ਸ਼ੇਅਰ ਦਿਸ ਵਿਦ ਸਮਵਨ ਹੂ ਮਾਈਟ ਨੀਡ ਇਟ। ਸੋ ਦਿਸ ਇਜ਼ ਇਟ ਫੋਰ ਟੁਡੇਜ਼ ਵੀਡੀਓ, ਸੀ ਯੂ ਇਨ ਦ ਨੈਕਸਟ ਵਨ, ਟਿਲ ਦੈਨ ਟੇਕ ਕੇਅਰ, ਸਤਿ ਸ਼੍ਰੀ ਅਕਾਲ।